अस्सलाम वालेकुम रहमतुल्लाहि व बरकातहू अच्छा जी मैं एक वैसे गल करना चाहना काफ़ी टाइम तो ना मैं एक चीज़ देख रहा कि हर तरफ मतलब मोस्टली जेड़े हो गए एप्लीकेशंस जितनी भी हैं सोशल मीडिया मेन जितना भी मेन सोशल मीडिया थे एक चीज़ बहुत ज़्यादा चल रही है कि ਨਦੀਮ ਨਾਨੀ ਵਾਲੇ ਇਹ ਕਰਤਾ ਨਦੀਮ ਬਾਨਾਨੀ ਵਾਲੇ ਉਹ ਕਰ ਦਿੱਤਾ ਉਹਨੂੰ ਵਿਚਾਰੇ ਨੂੰ ਮਾਰ ਵੀ ਪਈ ਉਹਦੇ ਨਾਲ ਸਾਰੇ ਹਾਦਸਾ ਵੀ ਹੋਏ ਉਹਦੇ ਨਾਲ ਉਹਦੇ ਕੋਲ ਗਲਤੀ ਹੋਈ ਮੰਨੀ ਜਾਂਦੀ ਹੈ ਗਲਤੀ ਉਹਨੇ ਕੀਤੀ ਹੈ ਗਲਤ ਕੀਤਾ ਉਹਨੇ ਨਾ ਫੇਮ ਦੀ ਮੇਬੀ ਫੇਮ ਵਾਸੀ ਕੀਤਾ ਕਿਤੇ ਵਾਸੀ ਕੀਤਾ ਇਹ ਅੱਲਾ ਜਾਣਦਾ ਵੇਤਰਾ ਯਾਰ ਪਤਾ ਕੀ ਹੈ ਤੁਸੀਂ ਤੇ ਨਾਲ ਉਹ ਜਿਹੜਾ ਆਪਣਾ ਹైదਰਾਬਾਦੀ ਹੈ ਉਹਨੂੰ ਲੈ ਕੇ ਮਤਲਬ ਦੁਬਾਰਾ ਸਟਾਰਟ ਕਰਨ ਲੱਗੇ ਕੋਈ ਫਲਾਣ ਲੜਕੀ ਨਾਲ ਫਲਾਣ ਮਸਲਾ ਬਣ ਗਿਆ ਬਣ ਗਿਆ ਦੇਖੋ ਏ سوشل میڈیا ਨਾ ਫੈਮਲੀ ਜੀ ਵੇਖਦੀਆਂ ਸਾਰੇ ਮਾਮਲੇ ਆਉਂਦੇ ਨੇ ਤੇ ਕੋਸ਼ਿਸ਼ ਕਰੋ ਤੁਸੀਂ ਇਹਨਾਂ ਚੀਜ਼ਾਂ ਨੂੰ ਨਾ ਕਿ ਇਹਨਾਂ ਨੂੰ ਥੋੜਾ ਛੁਪਾ ਕੇ ਰੱਖੋ ਤੇ ਜ਼ਿਆਦਾ ਵਧੀਆ ਹੈ ਕਿਉਂਕਿ ਇਤਨਾ ਓਪਨਲੀ ਦੱਸ ਦੇਣਾ ਸਾਰਾ ਕੁਝ ਦੇਖੋ ਸਾਡੇ ਮੁਲਕ ਦੀ ਬਦਨਾਮੀ ਹੈ ਇਹਦੇ ਵਿੱਚ ਨਾ ਬਹੁਤ ਸਾਰੀ ਤੁਸੀਂ ਉਹਨਾਂ ਬਹੁਤ ਮਿਹਨਤ ਕੀਤੀ ਹੈ ਇਹ ਦੋਨੋਂ ਜਿਹੜੇ ਨੇ ਇਹਨਾਂ ਬਹੁਤ ਟਾਈਮ ਤੋਂ ਸਟਰਗਲ ਕਰ ਰਹੇ ਨੇ ਬਹੁਤ ਟਾਈਮ ਤੋਂ ਬਾਅਦ ਥੋੜਾ ਜਿਹਾ ਉੱਪਰ ਆਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਯਾਰ ਜਿਹੜੀਆਂ ਇਹ ਮਤਲਬ ਲੱਤ ਖਿਚਣਿਆ ਵਾਲਾ ਕੰਮ ਹੈ ਨਾ ਇਹ ਪਲੀਜ਼ ਯਾਰ ਮਨੂ ਨਹੀਂ ਚੰਗਾ ਲਗਾਣਾ ਬਾਕੀ ਤੁਹਾਡੀ ਜਿਹੜੀ ਹੈ ਮਰਜ਼ੀ ਹੈ ਜਿਸ ਤਰ੍ਹਾਂ ਵੀ ਯਾਰ ਮੈਂ ਕੋਈ ਗਲਤ ਕਿਸੇ ਦੇ ਖਿਲਾਫ ਗੱਲ ਨਹੀਂ ਕਰ ਰਿਹਾ ਜਾਂ ਕਿਸ ਨੂੰ ਟਾਰਗੇਟ ਨਹੀਂ ਕਰ ਰਿਹਾ ਨਾ ਤੇ ਛੋਟੀ ਜਿਹੀ ਰਿਕਵੈਸਟ ਹੈ ਕਿ ਕੋਸ਼ਿਸ਼ ਕਰੋ ਯਾਰ ਇਸ ਚੀਜ਼ ਨੂੰ ਇਸ ਮੈਟਰ ਨੂੰ ਇਥੇ ক্লোਜ਼ ਕਰ ਦਿਓ ਤੇ ਮੈਂ ਇੱਕ ਮੈਂ ਦੇਖੋ ਮੈਂ ਕੋਈ ਐਡਾ ਵੱਡਾ ਆਦਮੀ ਨਹੀਂ ਮੈਂ ਕੋਈ ਐਡੀ ਮਤਲਬ ਐਡਾ ਵੱਡਾ ਸੋਸ਼ਲ ਮੀਡੀਆ ਦਾ ਕੋਈ ਸਰਵਰਾ ਨਹੀਂ لیکن ਮੈਨੂੰ ਇੱਕ ਚੀਜ਼ ਬਹੁਤ ਬੁਰੀ ਲਗੀ ਮੈਂ ਕਿ मतलब ਬਾਕੀ ਆਪਣੇ ਜਿੰਨੇ ਵੀ ਵੇਖ ਰਹੇ ਨੇ ਮੈਨੂੰ ਜਿੰਨੇ ਵੀ ਮੇਰੇ دوست ਨੇ ਜਿੰਨੇ ਵੀ मतलब ਮੇਰੀ ਕਿ ਰਿਕੁਐਸਟ ਹੈ ਸਭ ਨਾਲ ਕਿ ਇਹ ਤੁਸੀਂ ਨਾ ਪਲੀਜ਼ ਕਾਈਂਡਲੀ ਇਸ ਚੀਜ਼ ਨੂੰ ਇੱਥੇ ਹੀ ਰੋਕ ਦਿਓ ਤੇ ਜ਼ਿਆਦਾ ਬਿਹਤਰ ਹੈ ਮਜ਼ੀਦ ਇਸ ਚੀਜ਼ ਨੂੰ ਵਧਾਣ ਨਾਲ ਸਾਡੇ ਮੁਲਕ ਦੀ ਬਦਨਾਮੀ ਹੈ ਸਾਡੇ ਵਾਸਤੇ ਮਸਲਾ ਬਣੇਗਾ ਇਸ ਤਰ੍ਹਾਂ ਕਿਉਂਕਿ ਸਾਡਾ ਫੇਮ ਉੱਤੇ ਨਹੀਂ ਆ ਸਕਦਾ ਨਾ ਨਿਊ ਜਨਰੇਸ਼ਨ ਦਾ ਜਿਹੜਾ ਟੈਲੈਂਟ ਹੈ ਉਹ ਤੇ ਨਹੀਂ ਆ ਸਕਦਾ ਪ੍ਰੋਬਲਮ ਜਿਹਦੇ ਚ ਆਉਣੀਆਂ ਅਦਰਵਾਈਜ਼ عوام ਫੈਸਲਾ ਕਰਨੇ ਲਈ ਮੈਂ ਤੇ ਫੈਸਲਾ ਨਾ ਕਰ ਸਕਣਾ ਨਾ ਕੁਝ ਬਾਕੀ ਐਜ਼ ਅ ਇੱਕ ਅੱਛਾ ਕਹਿ ਲੋ ਕਿ ਮਤਲਬ ਇੱਕ ਸੋਸ਼ਲ ਮੀਡੀਆ ਨੂੰ ਅਟੈਚ ਹੋਣੇ ਅਟੈਚ ਹੋਣਾ ਸਟਾਰਟ ਕੀਤਾ ਮੈਂ ਤੇ ਬਸ ਇਹ ਹੀ ਰਿਕਵੈਸਟ ਹੈ ਕਿ ਇਸ ਚੀਜ਼ ਨੂੰ ਥੋੜਾ ਜਿੰਨਾ ਹੋ ਸਕੇ ਨਾ ਤੇ ক্লোਜ਼ ਰਹਿਣ ਦਿਓ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ ਤੁਹਾਡਾ ਮੇਰੀ ਜਿਹੜੀ ਸਾਰੀ ਗੱਲ ਸੁਣਨ ਦਾ ਜੇ ਸੁਣ ਰਹੇ ਹੋ ਤੇ ਠੀਕ ਹੈ ਨਹੀਂ ਸੁਣ ਰਹੇ ਤੇ ਕੋਈ ਗੱਲ ਨਹੀਂ ਥੈਂਕ ਯੂ ਸੋ ਮੱਚ ਬਹੁਤ শুকਰੀਆ ਜੀ ਆਪਣਾ ਖਾਲਸਾ ਖਿਆਲ ਰੱਖिएगा ਅੱਲਾ ਹਾਫਿਜ਼ ਮਿਹਰਬਾਨੀ